আসসালামু আলাইকুম। کیا حال چال ہے سب کا میں بالکل ٹھیک ٹھاک اپ سب کی دعاؤں کے ساتھ۔ لو جی میں کیا میں نہ تو کھوا تے نہیں سکتی لیکن تو نو بخا ضرور سکنی ہاں۔ ਵੇ ਕੋ ਮੈਂ ਕਿੰਨਾ ਮੇਰੇ ਦਿਮਾਗ ਨੇ ਕੰਮ ਕੀਤਾ ਤਾਂ ਕਿ ਚਲੋ ਹੁਣ ਤੁਸੀਂ ਖਾਤੇ ਨਹੀਂ ਸਕਦੇ ਤੇ ਲੇਕਿਨ ਇਹ ਕਿ ਤੁਸੀਂ ਵੇਖ ਤੇ ਸਕਦੇ ਹੋ ਨਾ ਤੇ ਔਜੀ ਗੁਲਾਬਜਾਮਨ ਤੇ ਇਹ ਆ ਗਈਆਂ ਜਲੇਬੀਆਂ ਜਲੇਬੀਆਂ ਤਾਂ ਜਿਹੜੇ ਮੇਰੀ ਇੱਕ ਸਿਸਟਰ ਨੇ ਬਣਾਈਆਂ ਸਨ ਤੇ ਮੇਰਾ ਬੜਾ ਹੀ ਦਿਲ ਕਰਦਾ ਸੀ ਉਹਦੋਂ ਦਾ ਜਲੇਬੀਆਂ ਦਾ ਮੈਂ ਕਿ ਹੁਣ ਇੰਨਾ ਮੈਂ ਵਕਤ ਕਿੱਥੋਂ ਕਰਾਂ ਚੀਜ਼ਾਂ ਇਕੱਠੀਆਂ ਕਰਾਂ ਜਲੇਬੀਆਂ ਬਣਾਵਾ ਇਹਨਾਂ ਟਾਈਮ ਕੋ ਨਹੀਂ ਜਲੇਬੀਆਂ ਬਣੀਆਂ ਬਣਾਈਆਂ ਲੈ ਜਾ ਤੇ ਮੈਂ ਕਿ ਚਲ ਅੰਮੀ ਵੀ ਖੁਸ਼ ਹੋ ਕੇ ਖਾ ਲੈਣਗੀ ਅੰਮੀ ਨੂੰ ਵੀ ਪਸੰਦ ਆਉਣਗੀਆਂ ਤੇ ਐਕਚੁਅਲੀ ਮੈਂ ਮਿੱਠੇ ਤੋਂ ਬਹੁਤ ਜ਼ਿਆਦਾ ਵਾਈਡ ਕਰਨੀ ਆ ਲੇਕਿਨ ਫਿਰ ਵੀ ਚਲੋ ਕੋਈ ਤਰ੍ਹਾਂ ਕਿਤੇ ਬੰਦਾ ਦਾਦੂ ਲਾ ਹੀ ਲੈਂਦਾ ਔਰ ਗੁਲਾਬ ਜਾਮਨ ਮੈਂ ਲੈ ਕੇ ਇਸਾਂ ਬੱਚਿਆਂ ਵਾਸਤੇ ਇਹ ਸੰਜੀ ਸਾਡੇ ਜਿਹੜਾ ਵਾਸ਼ ਟਾਈਮ ਪੂਰਾ ਹੋਇਆ ਨਾ ਉਹਦੀ ਖੁਸ਼ੀ ਵਿੱਚ ਮੈਂ ਲੈ ਕੇ ਇਸਾਂ ਤੇ ਉੱਥੇ ਖਜੂਰਾ ਆਈਆਂ ਸਨ ਖਜੂਰਾਂ ਦੀ ਕਾਫੀ ਵੈਰਾਈਟੀ ਆ ਗਈ ਹੈ ਹੁਣ ਕਿਉਂਕਿ ਰਮਜ਼ਾਨ ਮਾਸ਼ਾਅੱਲਾ ਆ ਰਿਹਾ ਔਰ ਮੈਨੂੰ ਅੱਛੀਆਂ ਲੱਗੀਆਂ ਸਨ ਆ ਪੈਕੇਟ ਤੇ ਮੈਂ ਫਿਰ ਕਿਹਾ ਮੈਂ ਕਿਹਾ ਚਲ ਮੈਂ ਖਜੂਰਾ ਵੀ ਲੈ ਜਾਨੀ ਆ ਮੇਰੀਆਂ ਖਤਮ ਹੋਈਆਂ ਸਨ ਮੈਂ ਨਾਰਮਲੀ ਕੋਸ਼ਿਸ਼ ਕਰਨੀ ਹੈ ਕਿ ਕਰੂ ਖਜੂਰ ਨਾ ਖਤਮ ਹੋਏ ਮੈਨੂੰ ਆਪੀ ਬੜੀਆਂ ਪਸੰਦ ਨੇ ਖਜੂਰਾ ਹੋਰ ਕੁਛ ਨਾ ਬੰਦਾ ਖਾਏ ਤੇ ਮਤਲਬ ਇਨਸਟੈਂਟ એનર્ਜੀ ਆਉਂਦੀ ਇਹਨਾਂ ਦੇ ਨਾਲ ਤੇ ਮੈਂ ਤੇ ਦੋ ਖਜੂਰਾਂ ਖਾ ਕੇ ਪਾਣੀ ਦਾ ਗਲਾਸ ਪੀ ਲਵਾਂ ਤੇ ਬਸ ਜ਼ਬਰਦਸਤ ਹੋ ਜਾਂਦਾ ਐ ਇੱਥੇ ਆ ਗਈ ਜੀ ਰਸਮਲਾਈ ਰਸਮਲਾਈ ਦੀ ਕਹਾਣੀ ਹੈ ਵੇਖ ਰੋਹਨ ਮੇਰ ਨੇ ਨਾ ਪਹਿਲੇ ਗਿਆ ਸੀ ਔਰ ਨਾ ਇਹਨੂੰ ਲੱਗਾ ਇਹਨੂੰ ਪਸੰਦ ਨਾ ਮੈਂ ਐਕਚੁਅਲੀ ਲੈ ਕੇ ਇਸਾਂ ਯਾਦਗਾਰ ਵਾਲਿਆਂ ਕੋ ਰਬੜੀ ਦੁੱਧ ਜਿਹੜਾ ਹੁੰਦਾ ਹੈ ਨਾ ਉਹਨਾਂ ਦਾ ਬੜਾ ਮਜ਼ੇਦਾਰ ਹੁੰਦਾ ਸਾਡੇ ਇੱਥੇ ਯਾਦਗਾਰ ਹੈ ਨਿਊਕਾਸਲ ਚ ਔਰ ਮੈਂ ਨਵੇਂ ਲੈ ਕੇ ਆਈ ਤੇ ਇਹਨੇ ਨਾ ਟਰਾਈ ਕੀਤਾ ਪਹਿਲੇ ਤੇ ਇੱਕ ਦਫਾ ਲੈ ਕੇ ਆਈ ਤੇ ਕਹਿੰਦਾ ਮੈਨੇ ਟਰਾਈ ਕਰਨਾ ਦੁਬਾਰਾ ਲੈ ਕੇ ਆਈ ਤੇ ਇਹਨੇ ਟਰਾਈ ਕੀਤਾ ਇਹਨੂੰ ਪਸੰਦ ਆਇਆ ਮੈਨੂੰ ਕਾਫੀ ਟਾਈਮ ਦਾ ਕਹਿ ਰਹੇ ਸੀ ਕਿ ਮਮਾ ਉਹ ਜੋ ਆਪ ਲੈ ਕੇ ਆਈ ਸੀ ਨਾ ਉਹ ਲੈ ਕੇ ਆਣਾ ਇਹ ਮੇਰੇ ਨਾਲ ਸੀ ਨਾ ਦੋ ਦਿਨ ਪਹਿਲੇ ਸ਼ਾਇਦ ਦੋ ਦਿਨ ਪਹਿਲੇ ਦੀ ਗੱਲ ਹੈ ਮੇਰੇ ਨਾਲ ਮੇਰੇ ਬ੍ਰਦਰ ਗਿਆ ਤੇ ਉੱਥੇ ਨਾ ਇਹਨੂੰ ਇਹ ਨਜ਼ਰ ਆਇਆ ਇਹਨੂੰ ਲੱਗਾ ਕਿ ਇਹ ਨਾ ਉਹੀ ਹੈ ਮੈਨੂੰ ਕਹਿੰਦਾ ਮम्मा ਆਪ ਮੇਰੇ ਲਈ ਰਸਮਲਾਈ ਲੈ ਕੇ ਆਉਗੀ ਮੈਂ ਕਿਹਾ ਮੈਂ ਬੜੀ ਹੈਰਾਨ ਮੈਂ ਕਿਹਾ ਰੋਹਾਨ ਨੇ ਰਸਮਲਾਈ ਦੀ ਫਰਮਾਇਸ਼ ਕੀਤੀ ਮੈਂ ਕਿਹਾ ਓਕੇ ਬੇਟਾ ਮੈਂ ਲੈ ਆਉਂਗੀ ਜਦੋਂ ਮੈਂ ਰਸਮਲਾਈ ਲੈ ਕੇ ਆਈ ਆ ਬਾਕੀ ਚੀਜ਼ਾਂ ਵੀ ਮੈਂ ਲੈ ਕੇ ਆਈ ਸੀ ਰਸਮਲਾਈ ਮੈਂ ਕਿਹਾ ਰੋਹਾਨ ਮੈਨੂੰ ਕਹਿ ਰਿਹਾ ਸੀ ਚਲ ਮੈਂ ਲੈ ਜਾਨੀ ਆ लेके जब तो मैं कॉलेज पाकर ना के तो के मैं रुहान वाजी रुहान बेटा रसमलाई आ गई कहते मम्मा ये कह मैं क्या रस मलाई कहता नहीं मैंने तो वो वाला लेना था जिसमें वो न, होते हैं वो ग्रीन ग्रीन सा होता है पिस्तैशी होता है वो वाला जो था मैं क्या वो कौन सा मम्मा वो जो मैं एक दफ़ा ले गई थी मैं क्या बेटा वो तो रबड़ी दूध था वो तो यादगार से मिलता है हालांकि अभी यादगार वाले आँदी है ना रसमलाई लेकिन ये वे कि फिर मैं कहा मैं क्या हम तो ट्राई कर ओ मम्मा मुझे लगा ये वो है मैं कह नहीं बेटा ये वो नहीं है वो मैं किसी दिन जाऊँगी इनशाला उस साइड पर तो फिर मैं आपके लिए ले आऊँगी ना ਤੇ ਖੜ ਮੈਂ ਜ਼ਰਾ ਅਵੋਇਡ ਕਰਨੀ ਆ ਮਿੱਠੇ ਛਿੱਟੇ ਤੋਂ ਤੇ ਇੱਥੇ ਫਿਰ ਬਣ ਰਹੀ ਸੀ ਹਾਂਡੀ ਹਾਂਡੀ ਐਕਚੁਅਲੀ ਰਹਿ ਗਈ ਸੀ ਰਾਹ ਵਿੱਚ ਮੈਂ ਇੰਨਾ ਕੁ ਇਹਨੂੰ ਕਰਕੇ ਨਾ ਤੇ ਮੈਂ ਚਲੀ ਗਈ ਸਾਂ ਚੁੱਲਾ ਬੰਦ ਕਰਕੇ ਵੇਖੋ ਨਾ ਹਜੇ ਉਹਦੀ ਕੀ ਹਾਲਤ ਹੈ ਮਤਲਬ ਹੁਣ ਚੁੱਲਾ ਮੈਂ ਆਨ ਕੀਤਾ ਤੇ ਚੁੱਲਾ ਆਨ ਕਰਕੇ ਫਿਰ ਮੈਂ ਉਹਨੂੰ ਦੁਬਾਰਾ ਬਣਾਉਣ ਲੱਗੀ ਆ ਐਸੇ ਕੰਡੀਸ਼ਨ 'ਚ ਛੱਡ ਕੇ ਚਲੀ ਗਈ ਸਾਂ ਮੈਂ ਕਿਹਾ ਚਲੋ ਅਬ ਕਹਿ ਲਓਗੇ ਅੱਧ ਪਚੇ ਦੀ ਪੱਕੀ ਹੈ ਬਾਕੀ ਫਿਰ ਮੈਂ ਆ ਕੇ ਪਕਾ ਲਵਾਂਗੀ ਇਹ ਮੇਰੇ ਕੰਮ ਮਿੰਜਦੇ ਹੁੰਦੇ ਨੇ ਹੁਣ ਕੀ ਕਰੀਏ ਮਤਲਬ ਘਰ ਦਾ ਵੀ ਬਾਹਰ ਦਾ ਵੀ ਸਾਰੇ ਕਰਨੇ ਹੋਏ ਸ਼ੁਕਰ ਅਲਹੁਮਦੁਲਿਲਾ ਲੇਕਿਨ ਅੱਲਾ ਦਾ ਸ਼ੁਕਰ ਹੈ ਐਵੀ ਕਹਿ ਲਵੋਗੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਮੈਂ ਫ੍ਰੀਜ਼ਰ ਆਪਣਾ ਸਾਫ਼ ਕਰਨੀ ਆ ਵੀ ਤੋ ਇੱਕ ਪੈਕਟ ਸਾਡੇ ਵਾਸਤੇ ਨਾ ਤੇ ਮੈਂ ਫਿਰ ਉਹ फटाफट ਜਿਹੜਾ ਨਾ ਉਹ ਬਣਾ ਲਿਆ ਤੇ ਚਲੋ ਮੈਂ ਕਿਹਾ ਰੋਟੀ ਨਾਲ ਬਣਾ ਲਵਾਂਗੀ ਬੱਚੇ ਖੁਸ਼ ਹੋ ਕੇ ਖਾਣਗੇ ਬੱਚੇ ਖੁਸ਼ ਹੋ ਕੇ ਨਹੀਂ ਖਾਣਗੇ ਬੱਚਿਆਂ ਨੂੰ ਕੋਲ ਬਿਠਾ ਕੇ ਮੈਨੂੰ ਖਵਾਣੀ ਪੈਂਦੀ ਹੈ ਕਿਸੇ ਦਿਨ ਮੈਂ ਤੁਹਾਨੂੰ ਵੀਡੀਓ ਬਣਾ ਕੇ ਵਹਾਵਾਂ ਨਾ ਕਿ ਮੈਂ ਦਰਮਿਆਨ ਚ ਬੈਠੀ ਹੁੰਨੀ ਆ ਤੇ ਇੱਕ ਸਾਈਡ ਤੇ ਰੁਹਾਨ ਹੁੰਦਾ ਐਕਸਾਈਡ ਤੇ ਰੁਸ਼ਨ ਦੀ ਐਕਸਾਈਡ ਤੇ ਅズਵਾਮ ਦੀ ਖਾਣਾ ਮੇਰੇ ਅੱਗੇ ਪਿਆ ਹੁੰਦਾ ਰ ਮੈਂ ਫਰਸ਼ ਤੇ ਬੈਠੀ ਹੁੰਨੀ ਆ ਉੱਥੇ ਨਾ ਫਲੋਰ ਫਲੋਰ ਤੇ ਨਾ ਕਾਰਪਟ ਤੇ ਉੱਥੇ ਬੈਠੀ ਹੁੰਨੀ ਆ ਥੱਲੇਾਂ ਚੌਂਕੜੀ ਮਾਰ ਕੇ ਤੇ ਰੋਹਾਨ ਇੱਕ ਸਾਈਡ ਤੇ ਮੈਂ ਰੋਹਾਨ ਨੂੰ ਉਠਾਇਆ ਹੁੰਦਾ ਰੋਹਾਨ ਰੋਟੀ ਖਾਣ ਤੋਂ ਬੜਾ ਚਾਲੂ ਹੈ ਉਹਨੂੰ ਨਾ ਸ਼ੋਰਬੇ ਦੇ ਵਿੱਚ ਬੁਰਕੀ ਲਾਣਾ ਬੜਾ ਮੁਸ਼ਕਲ ਲੱਗਦਾ ਤੇ ਇੱਕ ਇੱਕ ਨਵਾਲਾ ਮੈਂ ਇੱਕ ਦੇ ਵਿੱਚ ਪਾਨੀ ਆ ਦੂਸਰੇ ਦੇ ਵਿੱਚ ਪਾਨੀ ਹੈ ਤੀਸਰੇ ਦੇ ਵਿੱਚ ਪਾਨੀ ਔਰ ਮੈਂ ਇਸ ਤਰ੍ਹਾਂ ਖਾਣਾ ਕੁਆਰੀ ਹੁੰਨੀ ਆ ਔਰ ਕਦੀ ਕਦੀ ਮੈਨੂੰ ਹੈਰਤ ਵੀ ਹੁੰਦੀ ਹੈ ਮੈਂ ਕਹਿੰਦੀ ਆ ਵੇਖੋ ਤੁਸੀਂ ਤੁਹਾਡਾ ਹਿਸਾਬ ਲਾ ਲਓ ਬੱਚੇ ਹੋ ਵੀ ਤੁਸੀਂ ਵੱਡੇ ਵੱਡੇ ਹੋ ਗਏ ਔਰ ਰੋਟੀ ਤੇ ਆਪਣੀ ਆਪ ਖਾਇਆ ਕਰੋ ਬਾਕੀ ਮਾਸ਼ਾਅੱਲਾ ਚੀਜ਼ਾਂ ਸਾਰੀਆਂ ਆਪਣੇ ਆਪ ਖਾ ਲੈਂਦੇ ਨੇ ਰੋਟੀ 'ਚ ਥੋੜਾ ਜਿਹਾ ਪ੍ਰੋਬਲਮ ਹੁੰਦਾ ਔਰ ਖਾਸ ਤੌਰ ਤੇ ਸ਼ੋਰਬੇ ਵਾਲਾ ਲੇਕਿਨ ਫਿਰ ਇਹ ਵੀ ਕਿ ਮੈਨੂੰ ਵੀ ਜਿਵੇਂ ਅਜ਼ਮ ਮਦਰ ਮੈਨੂੰ ਆਦਤ ਵੀ ਹੋ ਗਈ ਹੈ ਕਿ ਮੈਨੂੰ ਨਾ ਤਸੱਲੀ ਨਹੀਂ ਹੁੰਦੀ ਮੈਨੂੰ ਇਹ ਹੁੰਦਾ ਕਿ ਇੱਕ ਦਫਾ ਮੈਂ ਖਵਾ ਲਵਾਂਗੀ ਇਹਨਾਂ ਨੂੰ ਤਾਂ ਮੈਨੂੰ ਤਸੱਲੀ ਹੋ ਜਾਗੀ ਕਿ ਚਲੋ ਇਹਨਾਂ ਨੇ ਖਾ ਲਈਏ ਬਰਨਾਨਾ ਆਪੀ ਬੱਚੇ ਜਿਹੜੇ ਨਾ ਉਹ ਰੋਟੀ ਖਾਸ ਤੌਰ ਤੇ ਬੱਚੇ ਜਿਹੜੇ ਨਾ ਜ਼ਰਾ ਥੋੜ੍ਹਾ ਜਿਹਾ ਕਰਦੇ ਨੇ ਗੜਬੜ ਥੋੜੀ ਸਾਰੀ ਖਾ ਕੇ ਛੱਡ ਦੇਣਗੇ ਤੇ ਇਸ ਵਾਸਤੇ ਮੈਂ ਨਾ ਉਹੀ ਮੈਂ ਜਦੋਂ ਇਹਨਾਂ ਨੂੰ ਖਵਾਉਂਦੀ ਸਮੇਂ ਮੈਂ ਕਿਹਾ ਮੇਰਾ ਦਿਲ ਕਰਦਾ ਪਰ ਮੈਂ ਰਿਕਾਰਡਿੰਗ ਕਰਾਂ ਤੇ ਸਾਰਿਆਂ ਨੂੰ ਖਵਾਵਾਂ ਕਿ ਵੇਖੋ ਮੈਂ ਤੁਹਾਡੇ ਮੂੰਹਾਂ 'ਚ ਕਿਸ ਤਰ੍ਹਾਂ ਬੁਰਗੀਆਂ ਪਾਨੀਆਂ ਤਿੰਨ ਔਰ ਸ਼ੁਕਰ ਅਲhamdulillah ਲੋ ਜੀ ਸਾਲਣ ਬੜਾ ਜ਼ਬਰਦਸਤ ਜਿਹੜਾ ਉਹ ਬਣ ਰਿਹਾ ਸੀ ਮੈਂ ਥੋੜਾ ਸਾਰਾ ਹਲਕਾ ਜਾਂ ਬਿਲਕੁਲ ਸ਼ੋਰਬਾ ਬਣਾਉਣਾ ਸੀ ਕਿਉਂਕਿ ਬਿਲਕੁਲ ਡਰਾਈ ਵੀ ਨਹੀਂ ਖਾਦਾ ਜਾਂਦਾ ਔਰ ਪਤਲਾ ਸ਼ੋਰਬਾ ਜਿਹੜਾ ਉਹ ਵੀ ਨਹੀਂ ਖਾਦਾ ਜਾਂਦਾ ਸੋ ਥੋੜਾ ਸਾਰਾ ਪਾਵਾਂਗੀ ਪਾਣੀ ਇਹਦੇ ਵਿੱਚ ਇਟ ਲिटल ਬਿਟ ਤੇ ਉਹ ਇੱਕ ਟਾਈਮ ਜਿਹੜਾ ਨਾ ਮਾਸ਼ਾਅੱਲਾ ਖਾਦਾ ਜਾਏਗਾ ਦੈਟਸ ਇਟ ਕਿਉਂਕਿ ਬੱਚਿਆਂ ਦਾ ਹੁਣ ਮਾਸ਼ਾਅੱਲਾ ਜਦੋਂ ਸਕੂਲ ਲੱਗ ਗਿਆ ਤੇ ਸਕੂਲੋਂ ਬੱਚੇ ਜਿਹੜੇ ਨੇ ਬਸ ਉਹਨਾਂ ਨੇ ਆ ਕੇ ਜਿਸ ਟਾਈਮ ਜਿਹੜਾ ਖਾਣਾ ਹੈ ਬਸ ਉਹੀ ਖਾਣਾ ਹੈ ਉਸ ਤੋਂ ਬਾਅਦ ਬੱਚੇ ਨਹੀਂ ਖਾਂਦੇ ਆਹਾਂ ਆਗੂ ਜਦੋਂ ਵੈ ਟਾਈਮ ਜਿਹੜਾ ਨਾ 스낵 ਕੋਈ ਨਾ ਕੋਈ ਬੱਚਿਆਂ ਨੂੰ ਚਾਹੀਦਾ ਹੁੰਦਾ ਫਿਰ ਉਹ ਡਿਫਰੈਂਟ ਹੁੰਦਾ ਸ਼ੇਕ ਵਗੈਰਾ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਬੱਚਿਆਂ ਨੂੰ ਦੇ ਦੇਈ ਦੀਏ ਤੇ ਉਹ ਬੱਚੇ ਜਿਹੜੇ ਨਾ ਖਾਣਾ ਲੇਕਿਨ ਬੱਚਿਆਂ ਨੇ ਇੱਕ ਟਾਈਮ ਹੀ ਖਾਣਾ ਹੁੰਦਾ ਹੈ ਸੋ ਜੀ ਇਹ ਗਿਆ ਬਣ ਔਰ ਇਹਦੇ ਵਿੱਚ ਥੋੜੀ ਜਿਹੀ ਮੈਂ ਮੇਥੀ ਪਾਈ ਸੀ ਬਾਅਦ ਵਿੱਚ ਤੇ ਥੋੜਾ ਸਾਰਾ ਪਾਵਾਂ ਕਿ ਦਨੀਆ ਦਾ ਜਦੋਂ ਇਹ ਬਿਲਕੁਲ ਰੈਡੀ ਹੋ ਜਾਏਗਾ ਦੈਟਸ ਇਟ ਲੋ ਜੀ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਤਿਆਰ ਬਸ ਇੰਨਾ ਕੋਈ ਜਿਹੜਾ ਨਾ ਸਾਨੂੰ ਚਾਹੀਦਾ ਹੈ ਔਰ ਬਹੁਤ ਸੋਹਣਾ ਸਾਲਨ ਬਣ ਗਿਆ ਹੁਣ ਬਹਿ ਕੇ ਅਸੀਂ ਜਿਹੜਾ ਨਾ ਬੱਚੇ ਜਿਹੜੇ ਨੇ ਉਹਨਾਂ ਨੂੰ ਭੁੱਖ ਲੱਗੀ ਸੀ ਮਤਲਬ ਸਕੂਲ ਨੂੰ ਆਏ ਸਨ ਜ਼ਾਹਿਰ ਹੈ ਬੱਚਿਆਂ ਨੇ 12 ਵਜੇ ਲੰਚ ਕੀਤਾ ਹੁੰਦਾ 12 ਵਜੇ ਤੋਂ ਬਾਅਦ ਬੱਚਿਆਂ ਨੂੰ ਜਦੋਂ 4 ਵਜੇ ਵਜ ਜਾਂਦੇ ਨੇ ਘਰ ਆਉਂਦੇ ਆਂ ਤੇ ਬੱਚੇ ਪ੍ਰੋਪਰ ਲੰਚ ਨਹੀਂ ਕਰਦੇ ਸਕੂਲ ਵਿੱਚ ਸਭ ਪੇਰੈਂਟਸ ਨੂੰ ਪਤਾ ਹੈ ਕਿ ਉਹ ਜਿਹੜੇ ਖਾਣ ਪੀਣ ਦੇ ਸ਼ੌਕੀਨ ਬੱਚੇ ਹੁੰਦੇ ਨੇ ਉਹ ਹੀ ਬਾਕੀ ਬੱਚੇ ਜਿਹੜੇ ਨੇ ਨਾ ਉਹ ਜਿਹੜੇ ਨੇ ਨਾ ਬਸ ਗੁਜ਼ਾਰਾ ਮਜ਼ਾਰਾ ਹੀ ਕਰਦੇ ਨੇ ਜਿਵੇਂ ਕਹ ਲਓ ਟਾਈਮ ਪਾਸ ਕਰ ਲੈਂਦੇ ਨੇ ਆਪਣਾ ਤੇ ਧਨੀਆ ਥੋੜਾ ਸਰ ਮੈਂ ਪਾ ਦਿੱਤਾ ਤੇ ਹਾਂਡੀ ਕੇ ਪੱਕ ਤੇ ਹੂੰ ਨਾ ਮੈਂ ਲੱਗੀ ਸਾਂ ਰੋਟੀਆਂ ਪਕਾਉਣ ਤੇ ਇਹ ਰੋਟੀਆਂ ਵਿੱਚ ਪਹਿਲਾਂ ਜਿਹੜਾ ਨਾ ਉਹੀ ਉਹੀ ਵਾਲੀ ਗੱਲ ਅਮੀ ਵੀ ਮਨ ਅਕਸਰ ਕਹਿੰਦੇ ਨੇ ਆਪਣੀ ਜੋਗੀ ਨਹੀਂ ਬਖਾਈ ਮੈਂ ਕਿ ਅਮੀ ਮੈਂ ਨਾ ਇਸ ਪਹਿਲਾਂ ਇਹਨਾਂ ਨੂੰ ਖਵਾ ਲਵਾਂ ਨਾ ਇਹ ਖਾ ਲੈਣ ਨਾ ਤੇ ਫਿਰ ਮੇਰੀ ਵਾਰੀ ਆਉਂਦੀ ਕਿਉਂਕਿ ਉਹ ਫਿਰ ਨਾ ਠੰਡੀ ਹੋ ਜਾਂਦੀ ਹੈ ਨਾਲ ਮੈਨੂੰ ਨਹੀਂ ਮਜ਼ਾ ਆਉਂਦਾ ਔਰ ਜਿਹੜਾ ਨਾ ਕਦੀ ਹੁੰਦਾ ਕਿ ਇਸ ਤਰ੍ਹਾਂ ਕਿ ਮੈਂ ਮਤਲਬ ਇਹਨਾਂ ਨੂੰ ਕਰਾ ਲੈ ਕੇ ਆਪਣੀ ਬਹਿ ਜਾਵਾਂ ਨਾ ਤੇ ਗੱਲ ਉਹੀ ਆ ਜਾਂਦੀ ਕਿ ਮੇਰੀ ਰਾਤ ਰਹਿ ਜਾਂਦੀ ਹੈ ਤੇ ਇਹਨਾਂ ਨੂੰ ਫਿਰ ਖਵਾਉਣ ਦੇ ਚੱਕਰ ਵਿੱਚ ਜਿਹੜਾ ਨਾ ਉਹ ਕੋਈ ਨਹੀਂ ਹੁੰਦਾ ਸਵਾਦ ਨਹੀਂ ਹੁੰਦਾ ਐ ਇੱਕ ਰੋਟੀ ਮੈਂ ਪਕਾ ਲਈ ਸੀ ਤੇ ਇੱਥ ਤੇ ਹੁਣ ਮੈਂ ਕਿਹਾ ਸੀ ਮੈਂ ਕਿਹਾ ਚਲੋ ਜੀ ਬੱਚੋ ਜੀ ਆਜੋ ਮੈਂ ਇਹਨਾਂ ਨੂੰ ਆਵਾਜ਼ ਦਿੱਤੀ ਮੈਂ ਕਿਹਾ ਆਜੋ ਇੱਧਰ ਤਿੰਨੋਂ ਮੈਂ ਜਦੋਂ ਮੈਂ ਇਹਨਾਂ ਨੂੰ ਰੋਟੀ ਖਵਾਣੀ ਹੁੰਦੀ ਹੈ ਮੈਂ ਇਹਨਾਂ ਨੂੰ ਕਹਿੰਦੀ ਹਾਂ ਇੱਥੇ ਸ਼ਰਾਫਤ ਨਾਲ ਤਿੰਨੋਂ ਦੇ ਤਿੰਨੋਂ ਬਹਿ ਜਾਓ ਖਬਰਦਾਰ ਕੋਈ ਇੱਕ ਵੀ ਖਿਸਕਿਆ ਇਥੋਂ ਚੁੱਪ ਕਰਕੇ ਬਹਿ ਜਾਓ ਇੱਥੇ ਤੇ ਮੈਂ ਇਹਨਾਂ ਵਾਸਤੇ ਸਾਲਨ ਪਾਇਆ ਸਾਲਨ ਪਾ ਕੇ ਤੇ ਫਿਰ ਮੈਂ ਇਹਨਾਂ ਨੂੰ ਜਿਹੜਾ ਨਾ ਤਿੰਨਾਂ ਨੂੰ ਲੈ ਕੇ ਬੈ ਗਈ ਤੇ ਇਹਨਾਂ ਨੂੰ ਮਾਸ਼ਾਅੱਲਾ ਖਾਣਾ ਖਵਾਇਆ ਖਾਣਾ ਖਾ ਕੇ ਤੇ ਫਿਰ ਹੋ ਗਿਆ ਸੀ ਨਮਾਜ਼ ਦਾ ਟਾਈਮ ਔਰ ਜਿਹੜਾ ਨਾ ਮਾਸ਼ਾਅੱਲਾ ਮੈਂ ਜਿਹੜਾ ਜਾ ਨਮਾਜ਼ ਪ੍ਰੇ ਮੈਟ ਲੈ ਕੇ ਹੀ ਸ ਅਰੂਸ਼ ਵਾਸਤੇ ਅਸਵਾ ਵਾਸਤੇ ਰੋਹਾਨ ਦੇ ਮਾਸ਼ਾਅੱਲਾ ਉਹਨੂੰ ਪਤਾ ਹੈ ਕਿ ਕਿਸ ਤਰ੍ਹਾਂ ਨਮਾਜ਼ پڑھਣੀ ਹੈ ਸਾਰਾ ਅਰੂਸ਼ ਨੂੰ ਵੀ ਪਤਾ ਹੈ ਲੇਕਿਨ ਉਹ ਜਿਸ ਤਰ੍ਹਾਂ ਉਹਨਾਂ ਨੇ ਇੱਕ ਪ੍ਰੋਪਰ ਤਰੀਕੇ ਦੇ ਨਾਲ ਮਤਲਬ ਜਿਹੜੇ ਬੱਚੇ ਲਰਨ ਕਰ ਰਹੇ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਜ਼ਬਰਦਸਤ ਚੀਜ਼ ਹੈ ਔਰ ਮੈਨੂੰ ਮਾਸ਼ਾਅੱਲਾ ਮਾਸ਼ਾਅੱਲਾ ਇੰਨਾ ਸਕੂਨ ਹੋ ਗਿਆ ਨਾ ਉਹਦੇ ਨਾਲ ਔਰ ਆਰਾਮ ਦੇ ਨਾਲ ਆਪੀ ਉੱਤੇ ਖਲੋਂਦੀ ਹੈ ਔਰ ਖਲੋ ਕੇ ਜਿਹੜਾ ਉਹ ਨਮਾਜ਼ ਪੜਦੀ ਹੈ ਤੇ ਅਰੂਸ਼ ਇੱਥੇ ਜਿਹੜਾ ਨਾ ਮਗਰਬ ਹੋ ਗਈ ਸੀ ਅਰੂਛ ਜਿਹੜੀ ਉਹ ਨਮਾਜ਼ ਮਾਸ਼ਾਅੱਲਾ ਪੜਦੀ ਸੀ ਮੈਂ ਕਿਹਾ ਮੈਂ ਥੋੜੀ ਸਾਰੀ ਰਿਕਾਰਡਿੰਗ ਕਰਾਂ ਸ਼ਾਇਦ ਇਸ ਰਿਕਾਰਡਿੰਗ ਦੇ ਨਾਲ ਕਿਸੇ ਨੂੰ ਅਗਰ ਲੈਣਾ ਹੋਏ ਕਿਸੇ ਨੂੰ ਕੋਈ ਫਾਇਦਾ ਹੋ ਜਾਏ ਕੋਈ ਚਾਹੁੰਦਾ ਹੋਏ ਲੇਕਿਨ ਬਹੁਤ ਹੀ ਜ਼ਬਰਦਸਤ ਚੀਜ਼ ਏ ਬੱਚਿਆਂ ਨੂੰ ਸਿਖਾਉਣ ਵਾਸਤੇ ਹਾਂ ਥੋੜਾ ਸਾਰਾ ਐਕਸਪੈਂਸਿਵ ਜ਼ਰੂਰ ਹੈ ਵੇ ਲੇਕਿਨ ਇਹ ਵੇ ਕਿ ਇਸ ਤਰ੍ਹਾਂ ਦੀ ਚੀਜ਼ ਤੇ ਸਪੈਂਡ ਕਰਨਾ ਮੈਂ ਕਹਿੰਨੀ ਆ ਕਿ ਉਹ ਨਾ ਵਰਥ ਕਰਦਾ ਹੈ ਕਰਨਾ ਚਾਹੀਦਾ ਹੈ ਇਹੋ ਜੀ ਚੀਜ਼ ਤੇ ਜਿਹੜਾ ਨਾ ਇਨਵੈਸਟ ਕਰਨਾ ਜਿਹੜਾ ਨਾ ਉਹ ਨੁਕਸਾਨ ਚ ਨਹੀਂ ਰਹਿੰਦਾ ਇਹ ਫਾਇਦੇ ਚ ਰਹਿੰਦਾ ਹੈ ਔਰ ਬੱਚੇ ਮਾਸ਼ਾਅੱਲਾ ਬਹੁਤ ਸੋਹਣਾ ਸਿੱਖਦੇ ਨੇ ਬਹੁਤ ਸੋਹਣਾ ਕਰਦੇ ਨੇ ਤੇ ਵੀਡੀਓ ਆਪਸਾਂ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅੱਲਾਹ ਹਾਫਿਜ਼